ਹਾਂਜੀ ਸਰ, ਜੇ ਆਪਾਂ ਗੱਲ ਕਰੀਏ, ਤੁਸੀਂ ਕਹਿ ਲਓ ਕਿ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਜਾ ਰਹੇ ਹੈ, ਤਾਂ ਕੀ ਏਜੰਡੇ ਰਹੋਗੇ ਆਉਣ ਵਾਲੇ ਟਾਈਮ ਦੇ ਵਿੱਚ ਬਾਕੀ ਪਾਰਟੀ ਦੇ ਖਿਲਾਫ? ਦੇਖੋ, ਨਸ਼ਿਆਂ ਦਾ ਰਹੇਗਾ ਏਜੰਡਾ, ਐਜੂਕੇਸ਼ਨ ਦਾ, ਨੌਕਰੀਆਂ ਦਾ, ਹੌਸਪੀਟਲਾਂ ਦਾ, ਜਿਹੜੇ ਪ੍ਰਾਈਵੇਟ ਸਕੂਲ ਆ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਬਹੁਤ ਘੱਟ ਆ, ਪ੍ਰਾਈਵੇਟ ਸਕੂਲਾਂ ਦੇ ਵਿੱਚ ਜ਼ਿਆਦਾ, ਉਹਨਾਂ ਦੀਆਂ ਫੀਸਾਂ ਵੀ ਬਹੁਤ ਜ਼ਿਆਦੀਆਂ। ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਉਹ ਵੀ ਪਹਿਲੇ ਦੂਜੇ ਨੰਬਰ 'ਤੇ ਆ ਰਹੇ। ਇਹ ਲੋਕਾਂ ਨੂੰ ਅਪੀਲ ਕਰਾਂਗੇ ਕਿ ਸਰਕਾਰੀ ਸਕੂਲ ਦੇ ਵਿੱਚ ਹੀ ਬੱਚੇ ਪੜ੍ਹਾਓ। ਇਹ ਆਪਾਂ ਮੁੱਦਾ ਜਿਹੜਾ ਲੈ ਕੇ ਆਵਾਂਗੇ, ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਸਹੂਲਤਾਂ ਲਵਾਂਗੇ। ਨਹੀਂ, ਪਹਿਲਾਂ ਇਲੈਕਸ਼ਨ ਨਹੀਂ ਲੜੀ, ਮਨ ਬਣ ਗਿਆ, ਬਸ ਲੋਕਾਂ ਦੇ ਵਿੱਚ ਵਿਚਰੇ ਹਾਂ, ਲੋਕਾਂ ਦੀਆਂ ਮੁਸ਼ਕਲਾਂ ਦੇਖੀਆਂ, ਲੋਕਾਂ ਨਸ਼ੇ ਦੇ ਕਰਕੇ ਏਕਤਾ ਪਾਰਟੀ ਨੇ ਕਾਫੀ ਸੰਘਰਸ਼ ਕਰਦੇ ਆ, ਮੁੱਦਾ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਉਠਾਉਂਦੇ ਆ, ਨਸ਼ਿਆਂ ਦੇ ਖਿਲਾਫ਼ ਹੀ ਅਸੀਂ ਉਠਾਉਂਦੇ ਰਹੇ। ਤੁਸੀਂ ਮਨ ਬੜੀ ਲੇਟ ਬਣਾਇਆ, ਕਈਆਂ ਕੈਂਡੀਡੇਟਾਂ ਨੇ ਹਲਕਾ ਗਾਲਿਆ ਸਾਰਾ, ਅਸੀਂ ਅੰਦਰ ਖਾਤੇ ਗਾਇਆ ਜੀ। ਜੇ ਆਪਾਂ ਬਾਕੀ ਕੈਂਡੀਡੇਟਾਂ ਦੀ ਗੱਲ ਕਰੀਏ, ਚਾਹੇ ਉਹ ਅਕਾਲੀ ਦਲ ਦੇ ਹੋਣ, ਚਾਹੇ ਬੀਜੇਪੀ ਦੇ ਹੋਣ, ਚਾਹੇ ਕਾਂਗਰਸ ਦੇ ਹੋਣ, ਉਹਨਾਂ ਦੀ ਰੈਪੋਟੇਸ਼ਨ ਜਾਂ ਕਹਿ ਲਓ ਕਿ ਉਹਨਾਂ ਦੇ ਕੰਮ ਨੂੰ ਕਿੱਦਾਂ ਦੇਖਦੇ ਤੁਸੀਂ? ਇਹ ਤਾਂ ਅਸੀਂ ਆਪਣਾ ਕੰਮ ਦੇਖਾਂਗੇ, ਰੈਪੋਟੇਸ਼ਨ ਤੇ ਜਿੱਤਣ ਤੋਂ ਬਾਅਦ ਹੀ ਦੱਸਾਂਗੇ। ਸਭ ਤੋਂ ਵੱਡਾ ਮੁੱਦਾ ਕਰਪਸ਼ਨ ਦਾ, ਉਹ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਕੱਲ ਨੂੰ ਜੇ ਤੱਕ ਤੁਸੀਂ ਆਪ ਉੱਪਰ ਤੇ ਦੇਖਦੇ ਹੋ ਕਰਪਸ਼ਨ ਹੋਈ? ਇਹ ਤੇ ਵੀ ਵਿਚਾਰ ਕਰਾਂਗੇ। ਤੁਹਾਡੇ ਲੀਡਰ ਸਾਹਿਬ ਤਾਂ ਇੰਨੇ ਸੁਲਝੇ ਹੋਏ ਬੰਦੇ ਆ, ਕੱਲ ਨੂੰ ਇਹਨਾਂ ਦਾ ਜੂਰੀ ਆ ਕੇ ਇੱਥੇ ਦੇ ਵਿਧਾਇਕ ਕਰਨਾ ਵੀ ਜੱਫੀ ਪਾ ਲੈਣਗੇ, ਤੇ ਕੀ ਤੁਸੀਂ ਕੀ ਕਰੋਗੇ? ਸਾਡੇ ਨਾਲ ਨਹੀਂ ਪਾਉਂਦੇ ਜੱਫੀ। ਕਿਉਂ ਨਹੀਂ ਪਾਉਂਦੇ? ਅਸੀਂ ਜੱਫੀ ਪਾਉਂਦੇ ਨਹੀਂ। ਕਾਰਨ ਕੀ? ਕਾਰਨ ਅਸੀਂ ਤਾਂ ਵੇਖੋ ਲੋਕਾਂ ਦੇ ਵਿੱਚ ਕੰਮ ਕਰ ਲਈ ਆਏ ਹਾਂ, ਲੋਕਾਂ ਦਾ ਸੁਧਾਰ ਕਰਨਾ। ਅਸੀਂ ਐਜੂਕੇਸ਼ਨ, ਤੁਹਾਨੂੰ ਪਹਿਲਾਂ ਦੱਸਿਆ, ਨਸ਼ਿਆਂ ਦੇ ਖਿਲਾਫ਼ ਅਤੇ ਜੱਫੀ ਪਾਇਆ, ਜੇ ਨਸ਼ੇ ਖਤਮ ਹੋ ਜਾਣਗੇ ਤਾਂ ਜ਼ਰੂਰ ਪਾਵਾਂਗੇ। ਧੋਣਾ ਬਹੁਤ ਔਖਾ ਰਹਿਣਾ ਜੀ, ਸਾਨੂੰ ਵੀ ਆਏ ਕੈਂਡੀਡੇਟ, ਉਹ ਵੀ ਕਹਿੰਦੇ ਉਹਨੂੰ ਜਿੱਤ ਵੀ, ਉਹਨਾਂ ਦੀ ਹਾਰ ਵੀ, ਉਹਨਾਂ ਦੀ ਕਿੱਦਾਂ ਮਾਰ। ਇਹ ਤਾਂ ਦੇਖੋ ਲੋਕਾਂ ਨੇ ਫਤਵਾ ਦੇਣਾ ਜੀ, ਹੈਰਾਨੀ ਦੇ ਕਹਿਣ 'ਤੇ ਨਹੀਂ, ਇਹ ਤਾਂ ਲੋਕਾਂ ਨੇ ਫਤਵਾ ਦੇਣਾ ਹੈ। ਤਾਂ ਹੁਣ ਤੁਸੀਂ ਆਮ ਲੋਕਾਂ ਨੂੰ ਕਹਿ ਲਓ ਕੀ ਅਪੀਲ ਕੀ ਕਰਨਾ ਚਾਹੋਗੇ, ਕਿਸ ਤਰੀਕੇ ਨਾਲ ਅਪੀਲ ਕਰਨਾ ਚਾਹੋਗੇ ਕਿ ਲੋਕ ਜਿਹੜਾ ਕਿ ਤੁਹਾਨੂੰ ਸਮਰਥਨ ਕਰ? ਅਸੀਂ ਜਾ ਕੇ ਉਹਨਾਂ ਨੂੰ ਜੋ ਉਹਨਾਂ ਦੀਆਂ ਮੁਸ਼ਕਲਾਂ ਸੁਣਾਂਗੇ, ਉਹ ਮੁਸ਼ਕਲਾਂ ਉਹਨਾਂ ਦਾ ਹੱਲ ਕਰਨ ਦਾ ਉਹਨਾਂ ਨੂੰ ਵਿਸ਼ਵਾਸ ਦਵਾਵਾਂਗੇ, ਜੇ ਜਿੱਤਾਂਗੇ ਤਾਂ ਉਹਨਾਂ ਦੇ ਮਸਲੇ ਹੱਲ ਕਰਾਂਗੇ। ਹਾਂਜੀ ਸਰ, ਜਿਹੜੀ ਕਿ ਅੱਜ ਏਕਤਾ ਪਾਰਟੀ ਵੱਲੋਂ ਕਹਿ ਲਓ ਕਿ ਖਡੂਰ ਸਾਹਿਬ ਲਈ ਜਿਹੜਾ ਕੈਂਡੀਡੇਟ ਅਨਾਊਂਸ ਕੀਤਾ ਗਿਆ ਹੈ, ਕਿਸ ਤਰੀਕੇ ਨਾਲ ਪਾਰਟੀ ਵੱਲੋਂ ਕਹਿ ਲਓ ਕਿ ਰਣਨੀਤੀ ਤਿਆਰ ਕੀਤੀ ਗਈ? ਦੇਖੋ, ਏਕਤਾ ਪਾਰਟੀ ਕਾਫੀ ਦਿਨਾਂ ਤੋਂ ਬਾਅਦ ਚੱਲਦੀ ਪਈ ਸੀਗੀ, ਏਕਤਾ ਪਾਰਟੀ ਵੱਲੋਂ ਕੋਈ ਮਜ਼ਬੂਤ ਕੈਂਡੀਡੇਟ ਜਿਹੜਾ ਵਾ ਉਹ ਪਾਰਟੀ ਦੇ ਵਿੱਚੋਂ ਦਿੱਤਾ ਜਾਵੇ, ਕਿਉਂਕਿ ਦੂਸਰੀਆਂ ਪਾਰਟੀਆਂ ਕਿਤੋਂ ਲਿਆਂਦੇ ਆ, ਕਿਉਂਕਿ ਸਾਡੇ ਕੋਲ ਹੈ ਗਰੀਬ ਪਰਿਵਾਰ ਸਾਰਾ, ਅਸੀਂ ਵਰਕਰ ਨੂੰ ਵੀ ਮੋਹਰੇ ਲਾਂ, ਜਾਂ ਸਾਡਾ ਛੋਟਾ ਵਰਕਰ ਆ ਚਾਹੇ ਵੱਡਾ ਵਰਕਰ ਆ। ਅਤੇ ਮੈਂ ਸੁਣਿਆ 2-3 ਦਿਨਾਂ ਤੋਂ ਗੱਲ ਚੱਲਦੀ ਪਈ ਸੀਗੀ, ਅਤੇ ਜੇ ਆਪਾਂ ਸਰਦਾਰ ਪਰਮਜੀਤ ਸਿੰਘ ਦੀ ਗੱਲ ਆਪਾਂ ਕਰਦੇ ਹਾਂ, ਕਿਉਂਕਿ ਹਲਕਾ ਖਡੂਰ ਸਾਹਿਬ ਦੇ ਵਿੱਚ 9 ਹਲਕੇ ਪੈਂਦੇ ਆ, ਉਹ 9 ਹਲਕਿਆਂ ਦੇ ਵਿੱਚ ਹੀ ਮੈਂ ਸਮਝਦਾ ਕਿ ਪਰਮਜੀਤ ਸਿੰਘ ਦੇ ਕਾਫੀ ਪਰਿਵਾਰ ਜਿਹੜੇ ਆ 9 ਹਲਕਿਆਂ ਦੇ ਵਿੱਚ ਹੀ ਰਹਿੰਦੇ ਆ। ਇਹਨਾਂ ਸਿਸਟਰਾਂ ਜਿਹੜੀਆਂ ਵਾ ਉਹ ਵੀ ਇਹਨਾਂ ਹਲਕਿਆਂ ਵਿੱਚ ਮੈਰਿਜ ਹੋਈ ਪਈ ਆ, ਇਹਨਾਂ ਦੇ ਮਾਮੇ ਜਿਹੜੇ ਆ ਉਹ ਵੀ ਹਲਕਾ ਖਡੂਰ ਸਾਹਿਬ ਦੇ ਵਿੱਚ ਪੈਂਦੇ ਆ, ਜਿਹੜੇ ਕਿ ਕੰਮ ਕਰਦੇ ਆ, ਜਿਹੜੇ ਪੰਘੂੜਿਆਂ ਦਾ ਕੰਮ ਕਰਦੇ ਆ, ਉਹ ਲੇਬਰ ਜਿਹੜੀ ਆ
ਉਹ ਮੈਂ ਸਮਝਦਾ ਵੱਡੇ ਪੱਧਰ ਤੇ ਹਲਕਾ ਖਡੂਰ ਸਾਹਿਬ ਦੇ ਵਿੱਚ ਹੀ ਪੈਂਦੀ ਹੈ, ਕਿਉਂਕਿ ਏਕਤਾ ਪਾਰਟੀ ਨਾ ਤੇ ਕਰੋੜਪਤੀ ਹੈਗੀ ਹੈ ਨਾ ਲੱਖਪਤੀ ਹੈਗੀ ਹੈ। ਅੱਜ ਵੀ ਜੇ ਏਕਤਾ ਪਾਰਟੀ ਨੇ ਪ੍ਰੋਗਰਾਮ ਕੀਤਾ ਤੇ ਮੈਂ ਸਮਝਦਾ ਸਾਥੀਆਂ ਦੀ ਬਦੌਲਤ ਕੀਤਾ। ਦੇਖੋ ਏਕਤਾ ਪਾਰਟੀ ਤੇ ਲਗਾਤਾਰ ਰਹਿੰਦੀ ਲੋਕਾਂ ਵਿੱਚ ਹੀ ਹੈ, ਇਹ ਦੂਸਰੇ ਲੀਡਰਾਂ ਨੂੰ ਹੁੰਦਾ ਕਿ ਜਿਨ੍ਹਾਂ ਨੇ ਲੋਕਾਂ ਨੇ ਪੁੱਛਣਾ ਵੀ ਤੁਸੀਂ ਆਹ ਮੁੱਦੇ ਤੇ ਕੰਮ ਕੀਤਾ ਜਾਂ ਨਹੀਂ ਕੀਤਾ। ਆਪਾਂ ਕੋਈ ਵੀ ਮੁੱਦਾ ਚਾਹੇ ਸਕੂਲ ਦੀ ਆਪਾਂ ਗੱਲ ਕਰਦੇ ਹਾਂ, ਸਫਾਈ ਕੇਂਦਰ ਦੀ ਆਪਾਂ ਸਫਾਈ ਵਰਕਰਾਂ ਦੀ ਆਪਾਂ ਗੱਲ ਕਰਦੇ ਹਾਂ ਜਾਂ ਹੋਸਪਿਟਲ ਦੀ ਗੱਲ ਕਰਦੇ ਹਾਂ, ਦੇਖੋ ਗਰੀਬ ਪਰਿਵਾਰਾਂ ਨੂੰ ਤੇ ਮੇਨ ਮੁਸ਼ਕਲਾਂ ਤਾਂ ਇਹੀ ਹੁੰਦੀਆਂ ਜਾਂ ਤੇ ਥਾਣਿਆਂ ਦੇ ਕੰਮ ਹੋ ਗਏ ਜਾਂ ਤਹਿਸੀਲ ਦੇ ਕੰਮ ਹੋ ਗਏ ਜਾਂ ਸਕੂਲਾਂ ਦੇ ਹੋਸਪਿਟਲ ਦੇ, ਇਹ ਤੇ ਏਕਤਾ ਪਾਰਟੀ ਕਰਦੀ ਪਈ ਹੈ। ਮੈਂ ਕਹਿੰਦਾ ਜੀ ਕਿਲਾ ਢੱਟ ਗਿਆ ਵਾ। ਦੇਖੋ ਮੈਂ ਪਿੱਛੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਜਦੋਂ ਮੈਂ ਕਿਹਾ ਰਾਣਾ ਗੁਰਜੀਤ ਸਿੰਘ ਆਪ ਉੱਥੋਂ ਵਾਸਤੇ ਮੰਗਣ ਦੇ ਆ, ਮੁੰਡੇ ਵਾਸਤੇ ਇੱਥੋਂ ਮੰਗਣ ਦੇ ਆ। ਮੈਂ ਤਾਂ ਕਹਿੰਦੇ ਵੀ ਅਗਰ ਨਹਾਤੀ ਧੋਤੀ ਰਹਿ ਗਈ, ਉਹਨੇ ਤੇ ਵਿਚਾਰੇ ਦਫ਼ਤਰ ਪਾਏ ਪਏ ਸੀਗੇ, ਉਹਦੇ ਮੁੰਡੇ ਦੇ ਲਗਾਤਾਰ ਬਿਆਨ ਆਉਂਦੇ ਸੀ ਮੈਂ ਪਾਰਟੀ ਸ਼ਾਮਿਲ ਹੋ ਜਾਣਾ ਪਾਰਟੀ ਸ਼ਾਮਿਲ ਹੋ ਜਾਣਾ, ਤੇ ਇਸ ਕਰਕੇ ਸਾਨੂੰ ਰਾਣਾ ਗੁਰਜੀਤ ਸਿੰਘ ਦਾ ਕੋਈ ਮਤਲਬ ਨਹੀਂ ਗਾ। ਰਾਣਾ ਗੁਰਜੀਤ ਸਿੰਘ ਨੇ ਜਿਹੜੀਆਂ 24 ਸਾਲ ਪਹਿਲਾਂ ਵੋਟਾਂ ਲਈਆਂ, ਤੁਸੀਂ ਇਹ ਗੱਲ ਮੇਰੀ ਨੋਟ ਕਰ ਲਿਓ ਹੁਣ ਵੀ 1 ਤਰੀਕ ਨੂੰ ਵੋਟਾਂ ਹੋਣੀਆਂ। ਰਾਣਾ ਚ ਗੁਰਜੀਤ ਸਿੰਘ ਪਹਿਲਾਂ ਜੀਰੋ ਹੋ ਚੁੱਕਾ, ਰਾਣਾ ਗੁਰਜੀਤ ਸਿੰਘ ਜੀਰੋ ਹੋ ਗਿਆ, ਰਹਿੰਦਾ ਖੁੰਡਾ ਜਿਹੜਾ ਵਾ ਉਹ 4 ਨੂੰ ਜੀਰੋ ਹੋ ਜਾਣਾ ਵਾ। ਪਤਾ ਨਹੀਂ ਰਾਣਾ ਇੱਥੇ ਰਹਿੰਦਾ ਜਾਂ ਨਹੀਂ ਰਹਿੰਦਾ, ਅਸੀਂ ਰਾਣੇ ਦੀ ਗੱਲ ਹੀ ਨਹੀਂ ਕਰਦੇ ਕੋਈ। ਦੇਖੋ ਇਹੀ ਜੀਰਾ ਜਿਹੜਾ ਮੈਂ ਗੱਲ ਕਰਦਾ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਸੀਗਾ, ਅੱਜ ਕਿੱਦਾਂ ਜੱਫੀਆਂ ਪੈ ਗਈਆਂ। ਜੇ ਜੀਰਾ ਕਹਿੰਦਾ ਕਿ ਰਾਣਾ ਗੁਰਜੀਤ ਸਿੰਘ ਇੱਦਾਂ 150 ਬੰਦੇ ਨੇ ਰਾਣਾ ਗੁਰਜੀਤ ਸਿੰਘ ਮਸੀਹ ਚੌਂਕ ਮੀਟਿੰਗ ਕਰਾਉਣ ਦਿਆ ਵਾ, 150 ਬੰਦੇ ਤੁਸੀਂ ਆਪ ਹੀ ਹਿਸਾਬ ਲਓ ਵੋਟ ਕਿੰਨੀ ਹੋਊਗੀ, 4 ਜਾਂ 5 ਹਜ਼ਾਰ ਹੋਊਗੀ। ਤੇ ਆਪ ਕਿਉਂ ਦਿੱਤਾ ਰਾਣਾ ਗੁਰਜੀਤ ਸਿੰਘ 25,000 ਨਾਲ? ਫਿਰ ਉਹ ਡੋਨ ਦਾ ਡੋਨ ਹੋ ਜਾਂਦਾ ਪਿਆ ਵਾ। ਜੇ ਰਾਣਾ ਗੁਰਜੀਤ ਸਿੰਘ 25,000 ਦੀ ਲੀਡ ਲੈ ਜਾਵੇ ਤੇ ਮੈਂ ਛੱਡ ਦੂ ਰਾਜਨੀਤੀ, ਤੇ ਜਾਂ ਰਾਣਾ ਗੁਰਜੀਤ ਸਿੰਘ 25 ਸਾਲ ਦੇ ਕੈਂਡੀਡੇਟ ਹੈਗਾ ਉਹ ਛੱਡ ਜਾਵੇ, 25 ਸਾਲ ਦੀ ਜੱਫੀ ਤੁਹਾਨੂੰ ਪਾ ਜਾਵੇ। ਇਹ ਤੁਸੀਂ ਪਹਿਲਾਂ ਵੀ ਇੱਕ ਸਵਾਲ ਪੁੱਛਿਆ ਸੀਗਾ ਰਮਨੀਕ ਹੋਟਲ ਦੇ ਵਿੱਚ, ਉਦੋਂ ਹੀ ਸ਼ਾਇਦ ਤੁਹਾਨੂੰ ਪਤਾ ਸੀਗਾ ਕਿ ਏਕਤਾ ਪਾਰਟੀ ਨੇ ਕੋਲੋਂ ਪੈਸੇ ਲਾ ਕੇ ਡਿੰਪੇ ਦੀ ਮਦਦ ਕੀਤੀ ਸੀਗੀ। ਉਹ ਪਿਛਲੇ ਮਹੀਨੇ ਅਸੀਂ ਉਹਦਾ ਨਤੀਜਾ ਡਿੰਪੇ ਨੂੰ ਦੇ ਦਿੱਤਾ ਸੀਗਾ। ਰਾਣਾ ਕਿੰਨੀਆਂ ਸੀਟਾਂ ਤੇ ਤੁਸੀਂ ਆ ਰਹੇ ਹੋ? ਦੇਖੋ ਅਸੀਂ ਫਿਰ ਇੱਕੋ ਸੀਟ ਤੇ ਲੜ ਰਹੇ, ਜਿੰਨੀ ਸਾਡੀ ਗੁੰਜਾਇਸ਼ ਹੈਗੀ ਹੈ। ਅਸੀਂ ਨਹੀਂ ਜਿੱਦਾਂ ਕਹਿੰਦੇ ਹੋ ਦੂਸਰੀ ਪਾਰਟੀ ਨੂੰ ਉੱਥੋਂ ਖੜਾ ਕਰ ਦਿਓ ਉੱਥੋਂ ਖੜਾ ਕਰ ਦਿਓ, ਏਕਤਾ ਪਾਰਟੀ ਸਿਰਫ ਓਨਲੀ ਵਨ ਇੱਕ ਕੈਂਡੀਡੇਟ ਆ। ਬਾਕੀ ਸੀਟਾਂ ਦੀ ਕਿਹਦੀ ਮਦਦ ਕਰਾਂਗੇ? ਨਹੀਂ ਕਿਸੇ ਦੀ ਨਹੀਂ ਮਦਦ ਕਰਾਂਗੇ ਜੀ ਅਸੀਂ, ਅਸੀਂ ਵੋਟਰ ਤੋਂ ਹੋਣਗੇ। ਨਹੀਂ ਨਹੀਂ ਵੋਟਰ ਜਿੱਥੇ ਸਾਡੇ ਹੈਗੇ ਉਹ ਇਸੇ ਖਡੂਰ ਸਾਹਿਬ ਸੱਜਣ ਸੀ, ਉਹ ਖਡੂਰ ਸਾਹਿਬ ਖਡੂਰ ਸਾਹਿਬ ਸੀ। ਕਾਫੀ ਵੋਟ ਮੰਗੀ ਜਾ ਰਹੀ ਹੈ, ਜਿਹਦੇ ਵਿੱਚ ਜੇ ਗੱਲ ਕਰੀਏ ਅੰਮ੍ਰਿਤਪਾਲ ਵੀ ਜਿਹੜਾ ਮੈਦਾਨ ਦਿੱਤਾ ਉਹਨੂੰ ਕਿੱਦਾਂ ਦੇਖਦੇ ਹੋ? ਦੇਖੋ ਜੀ ਜੇ ਆਪਾਂ ਅੰਮ੍ਰਿਤਪਾਲ ਦੀ ਗੱਲ ਕਰਦੇ ਹਾਂ, ਉਹ ਲੜਾਈ ਤੇ ਹੈਗੀ ਅਕਾਲੀ ਦਲ ਉਹਨਾਂ ਦੀ, ਸਾਡੀ ਕੋਈ ਲੜਾਈ ਨਹੀਂ ਗੀ, ਅਸੀਂ ਆਪਣੇ ਮੁੱਦੇ ਲੈ ਕੇ ਜਾਣੇ ਆ। ਲਗਭਗ ਕਾਫੀ ਹਲਕਿਆਂ ਦੇ ਵਿੱਚ ਏਕਤਾ ਪਾਰਟੀ ਦਾ ਪਤਾ ਵਾ ਜਿੰਨਾ ਚ ਅਸੀਂ ਵਿਚਰਦੇ ਹੈਗੇ ਆ, ਅਸੀਂ ਉਹ ਮੁੱਦਿਆਂ ਵਿੱਚ ਨਹੀਂ ਭਟਕਣਾ ਜਿਹਦੇ ਵਿੱਚ ਸਾਡਾ ਵੀ ਨੁਕਸਾਨ ਹੋਵੇ। ਅਕਾਲੀ ਦਲ ਦੇ ਕੈਂਡੀਡੇਟ ਨੂੰ ਤੁਸੀਂ ਕਿੱਦਾਂ ਦੇਖਦੇ? ਦੇਖੋ ਜੇ ਆਪਾਂ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਹਾਂ, ਇਹ ਵੀ ਤੇ ਟਿਕਟਾਂ ਵਾਸਤੇ ਲੜਦੇ ਪਏ ਸੀਗੇ। ਦੇਖੋ ਪਹਿਲਾਂ ਇਹਨਾਂ ਤੇ ਸਾਲ ਡੇਢ ਸਾਲ ਦੇ ਵਿੱਚ ਹਲਕੇ ਇੰਚਾਰਜ ਬਦਲੇ, ਜੇ ਇਹਨਾਂ ਨੂੰ ਕੋਈ ਪਹਿਲਾਂ ਤਿਆਰੀ ਹੁੰਦੀ, ਪਹਿਲਾਂ ਕਹਿੰਦੇ ਸੀਗੇ ਜੇ ਵਿਕਰਮ ਸਿੰਘ ਮਜੀਠਾ ਲੜੂਗਾ ਰਾਣਾ ਨਹੀਂ ਲੜੂਗਾ,
ਨਾ ਰਾਣਾ ਰਿਹਾ ਨਾ ਮਜੀਠਾ ਰਿਹਾ, ਹੁਣ ਆਹ ਪਬਲਿਕ ਰਹਿ ਗਈ ਇੱਥੇ ਬਸ। ਹਾਂਜੀ ਦੇਖੋ ਮੈਂ ਨਵਾਂ ਸਾਡਾ ਬੰਦਾ ਨੀ ਜੀ, ਪਾਰਟੀ ਰਜਿਸਟਰਡ ਮੇਰੇ ਨਾਂ ਤੇ ਆ, ਜੇ ਮੈਂ ਇਲੈਕਸ਼ਨ ਲੜਨਾ ਤੇ ਮੈਨੂੰ ਪਾਰਟੀ ਜਿਹੜੀ ਹੈ ਉਹ ਭੰਗ ਕਰਨੀ ਪੈਣੀ ਹੈ, ਇਸ ਕਰਕੇ ਮੈਂ ਲੜ ਲਿਆ ਇਹ ਲੜ ਲਿਆ, ਕਿਉਂਕਿ ਜੇ ਅਸੀਂ ਪ੍ਰਚਾਰ ਕਰਨਾ ਪ੍ਰਚਾਰ ਵਾਸਤੇ ਮੂੰਹ ਤੋੜ ਜਵਾਬ ਤੇ ਮੈਂ ਹੀ ਦੇ ਸਕਦਾ ਵਾ, ਇਹ ਥੋੜੀ ਦੇ ਸਕਦੇ। ਬਿੱਟੂ ਜੀ ਕੱਲ ਨੂੰ ਕੋਈ ਪਾਰਟੀ ਤੁਹਾਡੇ ਕੋਲ ਆ ਕੇ ਕਵੇ ਕਿ ਸਮਰਥਨ ਦੇ ਦਿਓ, ਅਸੀਂ ਕਹਿੰਦੇ ਇਹ ਜਿਹੜਾ ਸਾਨੂੰ ਦਿਓ, ਸਗੋਂ ਤੁਸੀਂ ਤੁਹਾਡੀਆਂ ਸਰਕਾਰਾਂ ਰਹੀਆਂ ਵਾ, ਤੁਸੀਂ ਬਹੁਤ ਕੁਛ ਦੇਖਿਆ, ਇੱਕ ਵਾਰ ਗਰੀਬ ਪਰਿਵਾਰ ਦੀ ਮਦਦ ਕਰਕੇ ਦੇਖੋ ਸਹੀ, ਦੇਖਾਂਗੇ ਅਸੀਂ। ਦੇਖਿਆ ਕਿ ਕਈ ਵਾਰ ਚੋਣਾਂ ਦੇ ਵਿੱਚ ਛੋਟੀਆਂ ਪਾਰਟੀਆਂ ਦੇ ਕਾਗਜ਼ ਤਾਂ ਭਰ ਦਿੰਦੇ ਆ, ਪਰ ਜਦੋਂ ਵੱਡੇ ਬੰਦੇ ਉਹਨਾਂ ਨੂੰ ਬਿਠਾ ਦਿੰਦੇ ਕਈ ਆ, ਤੁਸੀਂ ਬੈਠੋ। ਦੇਖੋ ਜੀ ਮੈਂ 2012 'ਚ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਲੜੀ, ਮੱਕੜ ਦੇ ਖਿਲਾਫ ਲੜੀ, ਰੱਜ ਕੇ ਵਿਰੋਧ ਕੀਤਾ, ਮੈਨੂੰ ਕਈ ਬੰਦਿਆਂ ਨੇ ਕਿਹਾ ਕਿ ਬਿੱਟੂ ਨੂੰ ਕਹਿ ਪ੍ਰਚਾਰ ਨਾ ਕਰ, ਜੋ ਚਾਹੀਦਾ ਲੈ ਲਾ, ਪਰ ਸਾਡੇ ਤੇ ਮਾਲਕ ਦੀ ਆਪ ਕਿਰਪਾ ਹੈਗੀ, ਅਸੀਂ ਨਾ ਰਾਣੇ ਨੂੰ ਜਾਣਦੇ ਹਾਂ ਨਾ ਜਿਹੜਾ ਆਪਣਾ ਲਾਲ ਸਿੰਘ ਜੀ ਭੁੱਲਰ ਹੈਗਾ, ਅਸੀਂ ਕਿਸੇ ਪਾਰਟੀ ਨੂੰ ਮੰਨ ਕੇ ਚੱਲਦੇ ਨੀ ਜੀ, ਜਿੱਥੇ ਵੀ ਸਟੇਜ ਤੇ ਪ੍ਰਚਾਰ ਕਰਨਾ ਅਸੀਂ ਆਪਣਾ ਕਰਨਾ, ਇਹਨਾਂ ਦੇ ਖਿਲਾਫ਼ ਕਰਨਾ ਅਸੀਂ। ਤਾਂ ਤੁਸੀਂ ਜਨਤਾ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ? ਦੇਖੋ ਜਨਤਾ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਵੀ ਦੇਖੋ ਆਪਾਂ ਤਗੜੇ ਬੰਦਿਆਂ ਨੂੰ ਵੋਟਾਂ ਪਾਈਆਂ, ਹਰ ਵਾਰੀ ਪਾਉਂਦੇ ਰਹੇ ਹਾਂ, ਪਰ ਤੁਹਾਨੂੰ ਇਹ ਪਤਾ ਵਾ ਜੇ ਆਪਾਂ ਰਾਣਾ ਗੁਰਜੀਤ ਸਿੰਘ ਆਪਾਂ ਗੱਲ ਕਰਦੇ, ਚਲੋ ਰਾਣਾ ਗੁਰਜੀਤ ਦੀ ਆਪਾਂ ਗੱਲ ਕਰਦੇ ਹਾਂ, ਰਾਣਾ ਗੁਰਜੀਤ ਸਿੰਘ ਦਾ 5 ਸਾਲ ਦਾ ਰਿਕਾਰਡ ਕੱਢ ਲੈਣ ਮੀਡੀਆ ਥਰੂ ਤੇ ਸਾਡਾ 5 ਸਾਲ ਦਾ ਰਿਕਾਰਡ ਕੱਢ ਲੈਣ ਕਿ 5 ਸਾਲ 'ਚ ਰਾਣਾ ਗੁਰਜੀਤ ਸਿੰਘ ਨੇ ਕਿੰਨੇ ਕੰਮ ਕੀਤੇ ਆ, ਏਕਤਾ ਪਾਰਟੀ ਨੇ ਕਿੰਨੇ ਕੰਮ ਕੀਤੇ ਆ, ਉਹਦੇ ਆਧਾਰ ਤੇ ਏਕਤਾ ਪਾਰਟੀ ਨੂੰ ਵੋਟ ਪਾ ਦੇ। ਪਰ ਤੁਹਾਡਾ ਨਾ ਕੋਈ ਕੌਂਸਲਰ, ਨਾ ਤੁਹਾਡਾ ਕੋਈ MLA, ਨਾ ਕੋਈ ਸਰਪੰਚ, ਤੇ ਕਿੱਦਾਂ ਚੋਣ ਜਿੱਤਣੀ? ਦੇਖੋ ਜ਼ਰੂਰੀ ਨਹੀਂ ਕਿ ਉਹ MLA ਹੋਵੇ ਜਾਂ MC ਹੋਵੇ, ਜੇ ਅਸੀਂ ਸਰਕਾਰਾਂ ਦੇ ਖਿਲਾਫ਼ ਬੋਲ